देखो अमृतपाल ਨੂੰ ਜਾਣਬੁੱਝ ਕੇ ਪੰਜਾਬ ਦੇ ਵਿੱਚ ਦਹਿਸ਼ਤ ਫੈਲਾਉਣ ਦੇ ਕੰਮ ਦੇ ਉੱਤੇ ਲਾਇਆ ਹੋਇਆ ਇਹ ਅਮ੍ਰਿਤਪਾਲ ਪਹਿਲਾਂ ਤਾਂ ਦੁਬਈ ਦੇ ਵਿੱਚ ਜੋ ਕੁਛ ਵੀ ਕਰਦਾ ਰਿਹਾ ਹੁਣ ਕਿਸੇ ਏਜੰਸੀ ਦੇ ਇਸ਼ਾਰੇ ਦੇ ਉੱਤੇ ਪੰਜਾਬ 'ਚ ਆ ਕੇ ਦਹਿਸ਼ਤ ਦਾ ਵਾਤਾਵਰਨ ਬਣਾ ਰਿਹਾ ਹੈ ਮੇਰਾ ਸਵਾਲ ਹੈ ਪੰਜਾਬ ਸਰਕਾਰ ਨੂੰ ਕਿ ਸਰੇਆਮ ਬੰਦੂਕ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਗਿਆ ਬੰਦੂਕਾਂ ਦੀ ਸਾਏ ਦੇ ਅੰਦਰ ਜੇ ਪੁਲਿਸ ਚਲੀ ਜਾਂਦੀ ਹੈ ਅਥਾਰਟੀ ਚਲੀ ਜਾਂਦੀ ਹੈ ਤਾਂ ਬੇਅਦਬੀ ਹੋ ਜਾਂਦੀ ਹੈ ਇਹ ਬੰਦਾ ਵੀ ਕਿਆ ਉੱਤੇ ਹਮਲਾ ਕਰਨ ਦੀ ਨੀਅਤ ਨਾਲ ਗਿਆ ਸੀ ਕਿ ਸ਼ਰਧਾਲੂ ਦੀ ਨੀਅਤ ਨਾਲ ਗਿਆ ਸੀ ਜੇ ਸ਼ਰਧਾਲੂ ਸੀ ਤਾਂ ਫਿਰ ਹਥਿਆਰ ਲਿਜਾ ਕੇ ਲਿਜਾਣ ਦੀ ਕੀ ਜ਼ਰੂਰਤ ਸੀ ਜੇ ਅੰਮ੍ਰਿਤ ਸੰਚਾਰ ਕਰਨਾ ਸੀ ਫਿਰ ਹਥਿਆਰਾਂ ਦੀ ਕੀ ਲੋੜ ਸੀਗੀ ਇਹ ਖੁਦ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਪੰਜਾਬ 'ਚ ਆਪਣੇ ਆਪ ਨੂੰ ਜਰਨੈਲ ਸਿੰਘ ਭਿੰਡਰਾਂ ਵਾਲਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਬਹਾਦੁਰ ਪੰਜਾਬੀ ਹਿੰਦੂ ਔਰ ਪੰਜਾਬੀ ਕਦੇ ਵੀ ਇਸ ਤੋਂ ਡਰਨ ਵਾਲੇ ਨਹੀਂ ਹੈ ਇਹ ਜਿਹੜਾ ਅਖੌਤੀ ਜਰਨੈਲ ਸਿੰਘ ਭਿੰਡਰਾਂ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਤੁਹਾਡੇ ਪੁੱਤ ਮਰਵਾਉਣ ਲਈ ਆਇਆ ਇਹਨਾਂ ਨੇ ਤੁਹਾਡੇ ਭਵਿੱਖ ਦੇ ਲਈ ਕੁਝ ਨਹੀਂ ਕਰਨਾ ਇਹੋ ਜਿਹੇ ਬੰਦੇ ਨੂੰ ਨਕਾਰਨਾ ਚਾਹੀਦਾ ਹੈ ਔਰ ਇਸ ਨੂੰ ਜਿਹੜਾ ਜਿਹੜੇ ਬਿਆਨ ਦੇ ਰਿਹਾ ਕਿ ਹਿੰਦੀ ਵਾਲੀ ਦੁਕਾਨਾਂ ਤੋਂ ਨਾ ਲਓ ਕਿਆ ਹਿੰਦੀ ਵਾਲੇ ਦੁਕਾਨਾਂ ਵਾਲਿਆਂ ਨੇ ਇਹਨੂੰ ਕੋਈ ਨਿਮੰਤਰਣ ਪੱਤਰ ਦਿੱਤਾ ਸੀ ਇਹਨੂੰ ਕੋਈ ਸੱਦਾ ਪੱਤਰ ਦਿੱਤਾ ਵੀ ਆ ਕੇ ਸਾਡੇ ਤੋਂ ਸੌਦਾ ਲੈ ਇਹ ਕੇਵਲ ਔਰ ਕੇਵਲ ਇਸ ਤਰ੍ਹਾਂ ਦੀ ਜ਼ਹਿਰ ਪੂਜੀ ਜਿਹੜੀ ਗੱਲ ਕਰ ਰਿਹਾ ਹੈਗਾ ਉਹਦੀ ਸ਼ਿਵ ਸੈਨਾ ਹਿੰਦੁਸਤਾਨ ਨਿੰਦਾ ਕਰਦੀ ਹੈ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਜ਼ਹਿਰੀਲੇ ਫਨ ਵਾਲੇ ਨਾਗ ਨੂੰ ਤੁਰੰਤ ਕੁਚਲਿਆ ਜਾਏ ਐਸਾ ਮਾਹੌਲ ਨਾ ਬਣਾਇਆ ਜਾਏ ਜਿਹੜਾ ਬਲੂ ਸਟਾਰ ਆਪਰੇਸ਼ਨ ਦੇ ਹਾਲਾਤ ਬਣ ਜਾਣ ਇਹ ਪਹਿਲਾਂ ਕਹਿ ਰਹੇ ਸੀ ਕਿ ਹਥਿਆਰ ਲੈ ਕੇ ਪਹਿਲਾਂ ਜਿਹੜੇ ਪੁਲਿਸ ਮੁਲਾਜ਼ਮ ਉਹਦੇ ਅੰਦਰ ਚਲੇ ਗਏ ਉਹਦਾ ਵਿਰੋਧ ਕਰਦੇ ਸੀ ਪਰ ਇਹ ਹੁਣ ਖੁਦ ਹਥਿਆਰ ਲੈ ਕੇ ਅੰਦਰ ਜਾ ਰਹੇ ਨਹੀਂ ਹਰਿਮੰਦਰ ਸਾਹਿਬ 'ਚ ਜਿਹੜੇ ਲੋਕ ਜਾਂਦੇ ਉਹ ਸ਼ਰਧਾਲੂ ਹੁੰਦੇ ਸ਼ਰਧਾ ਪ੍ਰਗਟ ਕਰਨ ਜਾਂਦੇ ਆ ਤੇ ਜਿਹੜੇ ਸ਼ਰਧਾ ਪ੍ਰਗਟ ਕਰਨ ਜਾਂਦੇ ਆ ਉਹ ਹਥਿਆਰ ਦਾ ਪ੍ਰਦਰਸ਼ਨ ਨਹੀਂ ਕਰਦੇ ਉੱਥੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਜਾਂਦੇ ਰਹੇ ਕੇਂਦਰੀ ਮੰਤਰੀ ਵੀ ਜਾਂਦੇ ਰਹੇ ਔਰ ਇੱਥੋਂ ਤੱਕ ਕਿ ਸਿਮਰਨਜੀਤ ਸਿੰਘ ਮਾਨ ਵੀ ਦਰਬਾਰ ਸਾਹਿਬ ਜਾਂਦੇ ਕਿ ਉਹ ਤੇ ਕਦੇ ਬੰਦੂਕ ਨਹੀਂ ਲੈ ਕੇ ਗਏ ਆਪਾਂ ਕੀ ਗੁਰੂ ਸਾਹਿਬ ਦੀ ਸਰਨ ਦੇ ਵਿੱਚ ਬੰਦੂਕ ਲੈ ਕੇ ਗੁਰੂ ਸਾਹਿਬ ਨੂੰ ਡਰਾਉਣ ਗਏ ਸੀ ਉਹਨਾਂ ਦੇ ਵਿੱਚ ਸ਼ਰਧਾ ਪ੍ਰਗਟ ਕਰਨਗੇ ਕਿ ਉੱਥੇ ਬੇਅਦਬੀ ਕਰਨਗੇ ਬੇਅਦਬੀ ਦਾ ਬੜਾ ਮੁੱਦਾ ਚੁੱਕਦੇ ਆ ਤੇ ਇਹ ਬੰਦੂਕ ਲਿਜਾ ਕੇ ਉੱਥੇ ਜਿਹੜੀ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਉੱਥੇ ਨਿਮਰਤਾ ਸਹਿਤ ਤਾਂ ਨਹੀਂ ਗਏ ਨਾ ਉੱਥੇ ਹਮਲਾਵਰ ਹੋ ਕੇ ਗਏ ਆ ਤੇ ਇਹੋ ਜਿਹੀ ਹਾਲਤ 'ਚ IGPC ਸੁੱਤੀ ਰਹੀ ਜਿੱਥੇ ਉੱਥੇ ਕੋਈ ਟੋਪੀ ਪਾ ਕੇ ਚੱਲ ਜਾਏ ਤੁਸੀਂ ਉਹਦੇ ਥੱਪੜ ਮਾਰਦੇ ਹੋ ਉੱਥੇ ਉਹਦੀ ਟੋਪੀ ਲਵਾ ਲੈਂਦੇ ਹੋ ਤੇ ਜਿਹੜੇ ਲੋਕ ਬੰਦੂਕ ਲੈ ਕੇ ਗਏ ਹਰਿਮੰਦਰ ਸਾਹਿਬ 'ਚ ਉਹ ਕਿਹੋ ਜਿਹੀ ਸ਼ਰਧਾ ਪ੍ਰਗਟ ਕਰ ਰਹੇ ਸੀਗੇ ਨੰਬਰ 2 ਅੰਮ੍ਰਿਤਪਾਲ ਦੀ ਨਕੇਲ ਪੰਜਾਬ ਸਰਕਾਰ ਨੂੰ ਕਸਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਨੇ ਸਰੈਂਡਰ ਕਰਤਾ ਜੇ ਸਾਡਾ ਕੋਈ ਹਿੰਦੂ ਲੀਡਰ ਕਿਰਪਾਨ ਬਾਰੇ ਕੁਝ ਬੋਲ ਰਹੇ ਕਿ ਆਪਾਂ ਜੇਲ੍ਹ ਦੇ ਅੰਦਰ ਬੰਦ ਕਰ ਦਿੰਦੇ ਹਾਂ ਕੇਸ ਦਰਜ ਕਰ ਦਿੰਦੇ ਹਾਂ ਇਹ ਬੰਦਾ ਸਰੇਆਮ ਅਸਲਾ ਲੈ ਕੇ ਬੰਦੂਕਾਂ ਦੇ ਕਾਫਲੇ ਲੈ ਕੇ ਪੰਜਾਬ 'ਚ ਦੰਦਨਾਂ ਦਾ ਘੁੰਮ ਰਿਹਾ ਇਹਦੀ ਨਕੇਲ ਕਸਣੀ ਪੰਜਾਬ ਸਰਕਾਰ ਭੁੱਲ ਗਈ ਜਾਂ ਪੰਜਾਬ ਸਰਕਾਰ ਡਰ ਗਈ ਜਾਂ ਪੰਜਾਬ ਸਰਕਾਰ ਨੇ ਸਰੈਂਡਰ ਕਰਤਾ IGPC ਨੇ ਸਰੈਂਡਰ ਕਰਤਾ ਅਗਰ ਇਸ ਤਰ੍ਹਾਂ ਇਸਦੀ ਪ੍ਰਮੋਸ਼ਨ ਕੀਤੀ ਜਾਂਦੀ ਰਹੀ ਤੇ ਜਿਹੜਾ ਅਸੀਂ ਇੱਥੇ ਬੜੇ ਬੜੇ ਉਦਯੋਗ ਲੈਣ ਦੇ ਸੁਪਨੇ ਲੈ ਰਹੀ ਹੈ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਇੱਥੇ ਇੰਡਸਟਰੀ ਆਏਗੀ ਫਿਰ ਇੰਡਸਟਰੀ ਨਹੀਂ ਆਏਗੀ ਇੰਡਸਟਰੀ ਗੁੜਗਾਂਵ ਚਲ ਜਾਏਗੀ ਫਰੀਦਾਬਾਦ ਚਲ ਜਾਏਗੀ ਹਿਮਾਚਲ ਬੱਦੀ ਚਲ ਜਾਏਗੀ ਇਹ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਕਿ ਅੱਤਵਾਦੀਆਂ ਦੀ ਸਰਕਾਰ ਬਣਾਤੀ ਹੈ ਤੁਸੀਂ ਅੱਤਵਾਦੀ ਦੰਦਨਾਂ ਦੇ ਘੁੰਮ ਰਹੇ ਕੋਈ ਪੈਟਰੋਲ ਪੰਪ ਤੋਂ ਲੁੱਟ ਹੋ ਰਹੀ ਹੈ ਕੋਈ ਖੋਹ ਹੋ ਰਹੀ ਹੈ ਔਰ ਇਹ ਇੱਥੇ ਬੈਠਾ ਬੈਠਾ ਬਿਆਨ ਦੇ ਰਿਹਾ ਕਿ ਅਸੀਂ ਖਾਲਿਸਤਾਨ ਦੇ ਹੱਕ 'ਚ ਜੇ ਤੇਰੇ 'ਚ ਇੰਨਾ ਹੀ ਦਮ ਹੈ ਖਾਲਿਸਤਾਨ ਦੀ ਗੱਲ ਕਰ ਰਹੇ ਤਾਂ ਫਿਰ ਤੂੰ ਜਿਹੜਾ ਸਿੱਧਮ ਸਿੱਧੀ ਸਰਕਾਰ ਨਾਲ ਆ ਤੈਨੂੰ ਪਤਾ ਲੱਗ ਗਿਆ ਔਰ ਸਰਕਾਰ ਵੀ ਜੇ ਘੁੱਟ ਨੇ ਟੇਕ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਮੂਕ ਦਰਸ਼ਕ ਨਹੀਂ ਬਣਨਾ ਚਾਹੀਦਾ ਤੁਸੀਂ DGP ਨੂੰ ਮਿਲੋਗੇ ਕਿਉਂਕਿ ਇਹਨਾਂ ਲਾਇਸੈਂਸ ਇਹਨਾਂ ਦੇ ਕੈਂਸਲ ਕਰਵਾਉਣੇ ਚਾਹੀਦੇ ਨਹੀਂ DGP ਨੂੰ ਦਿਖਣਾ ਚਾਹੀਦਾ DGP ਨੂੰ ਨਹੀਂ ਦਿਖ ਰਿਹਾ ਇੰਟੈਲੀਜੈਂਸ ਨੂੰ ਨਹੀਂ ਦਿਖ ਰਿਹਾ ਮੈਂ ਤੇ ਹੈਰਾਨ ਹੈ ਕੈਸੀ ਇੰਟੈਲੀਜੈਂਸ ਆ ਕਿ CIA ਦਾ ਇੰਚਾਰਜ ਆ ਕੇ ਮਾਨਸਾ ਵਾਲਾ ਇੱਥੇ ਐਸ ਪ੍ਰਸਤੀ ਕਰਦਾ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਲੱਗਿਆ ਅੰਮ੍ਰਿਤਪਾਲ ਬੰਦੂਕ ਲੈ ਕੇ ਬੰਦੂਕਾਂ ਲੈ ਕੇ ਸਰੇਆਮ ਚਲਾ ਗਿਆ ਕਿਆ ਇੰਟੈਲੀਜੈਂਸ ਆ ਪੰਜਾਬ ਪੁਲਿਸ ਨੂੰ ਰੋਕਣਾ ਨਹੀਂ ਚਾਹੀਦਾ ਇਹ ਅਸਲੇ ਦੇ ਲਾਇਸੈਂਸ ਹੈ ਹਰਿਮੰਦਰ ਸਾਹਿਬ 'ਚ ਬੰਦੂਕ ਲਿਜਾਣ ਦੀ ਕੀ ਜ਼ਰੂਰਤ ਹੈ ਕਿ ਇਹਦਾ ਮਤਲਬ ਵੀ ਅੰਮ੍ਰਿਤਪਾਲ ਨੂੰ ਡਰ ਲੱਗ ਰਿਹਾ ਤਾਂ ਹੀ ਬੰਦੂਕ ਦੀ ਸਾਇ 'ਚ ਘੁੰਮ ਰਿਹਾ ਔਰ ਬੰਦੂਕ ਦੀ ਸਾਇ ਦੇ ਵਿੱਚ ਘੁੰਮ ਕੇ ਆਪਣੇ ਆਪ ਨੂੰ ਤੂੰ ਬਹਾਦਰ ਯੋਧਾ ਦੱਸ ਰਿਹਾ ਇਹੋ ਜੀ ਜਿਹੜੀ ਸੋਚ ਹੈ ਇਹ ਪੰਜਾਬ ਦੀ ਬਰਬਾਦੀ ਦੀ ਸੋਚ ਹੈ ਸਰ ਪੰਜਾਬ 'ਚ ਅੱਜ ਕੱਲ੍ਹ DGP ਪੰਜਾਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇੱਕ ਗੈਂਗਸਟਰਾਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ ਜਾਂ ਕੋਈ ਵੀ ਆਮ ਵਿਅਕਤੀ ਕੋਈ ਰਿਵਾਲਵਰ ਸੋਸ਼ਲ ਮੀਡੀਆ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਵਾਇਰਲ ਕਰਦਾ ਤਾਂ ਉਸੇ FIR ਤੁਰੰਤ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਕਿ ਆਪਣੇ ਹਥਿਆਰਾਂ ਦੇ ਸਾਏ 'ਚ ਸਰੇਆਮ ਲੈ ਕੇ ਹਥਿਆਰਾਂ ਦੇ ਨਾਲ ਘੁੰਮਦੇ ਨੇ ਤੇ ਉਹਦੇ ਬਾਰੇ ਆਪਣਾ ਕੀ ਹੈਗਾ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਸਰਕਾਰ ਨੂੰ ਪੁੱਛੀ ਸਰਕਾਰ ਨੇ ਸਰੈਂਡਰ ਕਰਤਾ ਇਹਦੇ ਸਾਹਮਣੇ
ਕੋਈ ਤੁਸੀਂ ਮੈਂ ਅਗਰ ਰਿਵਾਲਵਰ ਨਾਲ ਅਸੀਂ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਦਈਏ ਤੇ ਐਫ ਆਈ ਆਰ ਦਰਜ ਹੋ ਜਾਂਦੀ ਹੈ। ਇੱਥੇ ਇਹ ਘੱਟੋ ਘੱਟ 20 ਤੋਂ ਜ਼ਿਆਦਾ ਬੰਦਿਆਂ ਨੂੰ ਬੰਦੂਕ ਲੈ ਕੇ ਬੰਦੂਕ ਲੈ ਰਹਿੰਦੇ ਹੋਏ ਦਰਬਾਰ ਸਾਹਿਬ ਜਿੱਥੇ ਨਿਮਰਤਾ ਦਾ ਸ਼ਾਂਤੀ ਦਾ ਔਰ ਮਾਨਵਤਾ ਦਾ ਸੰਦੇਸ਼ ਮਿਲਦਾ ਉੱਥੇ ਅਸੀਂ ਬੰਦੂਕ ਲੈ ਕੇ ਚਲੇ ਗਏ ਤੇ ਯਾਦ ਦੁਆਰੇ ਡੀ ਆਈ ਜੀ ਅਟਵਾਲ ਜਿਵੇਂ ਮਾਰਿਆ ਗਿਆ ਦਰਬਾਰ ਸਾਹਿਬ ਦੀ ਪੌੜੀ ਚ ਲਾਸ਼ਾਂ ਸੁੱਟ ਦਿੱਤੀ ਗਈ ਸੀ ਉਸੇ ਤਰ੍ਹਾਂ ਦਾ ਵਿਰਤਾਂਤ ਬਣ ਰਿਹਾ ਔਰ ਸਰਕਾਰ ਨੂੰ ਮੈਂ ਬਾਰ ਬਾਰ ਕਹਿ ਰਿਹਾ ਸਰਕਾਰ ਨੂੰ ਇਸ ਮਾਮਲੇ ਚ ਚੁੱਪੀ ਧਾਰਨ ਨਹੀਂ ਕਰਨੀ ਚਾਹੀਦੀ ਤੁਰੰਤ ਅੰਮ੍ਰਿਤਪਾਲ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅੰਮ੍ਰਿਤਪਾਲ ਨੂੰ ਇਸ ਤਰੀਕੇ ਨਾਲ ਜਿਹੜੀ ਪ੍ਰਮੋਸ਼ਨ ਦਿੱਤੀ ਜਾ ਰਹੀ ਹੈ ਉਹ ਨਾ ਪੰਜਾਬ ਦੇ ਹਿੱਤ ਚ ਹੈ ਨਾ ਹੀ ਦੇਸ਼ ਦੇ ਹਿੱਤ ਦੇ ਵਿੱਚ ਹੈ ਖਾਸ ਕਰਕੇ ਕੇਂਦਰ ਸਰਕਾਰ ਨੂੰ ਮੌਨ ਨਹੀਂ ਧਾਰਨ ਕਰਨਾ ਚਾਹੀਦਾ ਔਰ ਪੰਜਾਬ ਦੇ ਭਗਵੰਤ ਮਾਨ ਜਾ ਕੇ ਬਿਲਕੁਲ ਚੁੱਪੀ ਧਾਰਨ ਕਰਨ ਜਾ ਰਹੇ ਇਹ ਬਿਲਕੁਲ ਵੀ ਪੰਜਾਬ ਦੇ ਇੰਟਰਸਟ ਨੇ।